आला चाह दी पीला कुट मैं तो चाह पी लेना ओ जवाकड़ी नु भी पूछ ला कोई चाह पानी दा जवाकड़ी कि ओना मेनू कोई ठेका लेता हैगा ओ हुण तकर भुखी नहीं बैठी उसने सौ कुछ लैके खवाया होगा ओदा प्यो पुत्तां नु बड़ा फिक्र है आ जड़ी ब्याह के लैंदी इहदा कोई फिक्र ही नहीं ਨੇ ਗਲਾਬੋ ਵਿਚਾਰੀ ਬਹੁਤ ਸਿਆਣੀ ਕੁੜੀ ਐ ਕੋਈ ਉਹ ਐ ਨਹੀਂ ਗੱਲ ਹੈਗੀ ਵੀ ਕੋਈ ਮੜੀ ਆ ਉਹ ਨਾ ਜਿਹੜੀ ਆ ਵਿਆਹ ਕੇ ਲੈਂਦੀ ਹੈ ਕਮਲੀ ਆ ਸਿਆਣੀ ਆ ਸਿਆਣੀ ਲਾ ਰੱਖੀ ਆ ਪਿਓ ਪੁੱਤਾਂ ਨੇ ਗਲਾਬੋ ਹੀ ਸਿਰ ਤੇ ਚੱਕ ਰੱਖੀ ਆ ਰੋਹੀ ਗੱਲ ਉਧਰੋਂ ਤਾਂ ਉਹਦੀ ਮਾਂ ਉਹ ਗਲਾਬੋ ਦੇ ਪਿੱਛੇ ਪੈ ਰਹੀ ਆ ਉਧਰੋਂ ਤੂੰ ਪੈ ਰਹੀ ਆ ਉਹਦੇ ਪਿੱਛੇ ਮੇਰੀ ਗੱਲ ਸੁਣ ਲਾ ਹਾਂ ਉਹਦੇ ਮਾਪੇ ਨੂੰ ਕੰਜਰਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਕੁਮਾਰੀ ਕੁੜੀ ਸਾਡੀ ਬੈਠੀ ਨੂੰ ਕਿੰਨਾ ਟਾਈਮ ਹੋ ਗਿਆ ਘਰੋਂ ਗਈ ਨੂੰ ਉਹ ਗੌਰ ਹੀ ਨਹੀਂ ਕਰਦੇ ਗੌਰ ਨਹੀਂ ਕਰਦੇ ਉਹ ਗੌਰ ਬਥੇਰਾ ਕਰਦੇ ਨੇਗੇ ਹੈ मेरी गल सुन ले लोकां दे सामने तां आपां इहदे नाल लैके आए आ प्रीत दे ਉਹ ਲੋਕਾਂ ਦੇ ਸਾਹਮਣੇ ਲੈ ਕੇ ਆਏ ਹੋਵਾਂ ਕਿ ਤੇ ਲੋਕਾਂ ਦੇ ਸਾਹਮਣੇ ਤਾਂ ਇਹਦਾ ਸਾਕ ਹੋਇਆਗਾ ਉਹ ਨਹੀਂ ਹੋਇਆ ਸਾਕਾਂ ਸੁੱਕਾਂ ਦਾ ਤਾਂ ਵਿੱਚ ਹੀ ਰੁਲ ਜਾਂਦੇ ਨੇ ਕੰਮ ਜਿਹੜੇ ਨੰਦਾ ਕਰ ਜਾਂਦੇ ਤੀ ਭਣ ਅੰਦਰ ਆ ਜਾਂਦੇ ਨਾ ਉਹ ਵਿਆਹ ਸਮਝੀਦਾ ਹੁੰਦਾਗਾ ਨਹੀਂ ਨਹੀਂ ਗਲਾਬੋ ਤਾਂ ਇੱਥੇ ਰਹੂਗੀ ਹੁਣ ਗਲਾਬੋ ਨਹੀਂ ਜਾਂਦੀ ਹੈਗੀ ਮੇਰੀ ਗੱਲ ਸੁਣ ਲੈ ਤੈਂ ਵੀ ਮੁੰਡੇ ਵਾਲੀ ਗੱਲ ਕਰਤੀ ਪਰ ਮੈਂ ਤਾਂ ਪ੍ਰੀਤ ਨੂੰ ਰੱਖੂਗੀ ਰੇ ਤੂੰ ਜਿੱਧਰ ਮਰਜ਼ੀ ਰਹਿ ਐਵੇਂ ਰਹਿ ਗਲਾਬੋ ਇੱਥੇ ਰਹੂਗੀ ਰਹੂਗੀ ਨਾਲੇ ਹੋਰ ਕੋਈ ਨਾ ਫੇਰ ਦੇਖੀ ਜਾਂਦੀ ਆ ਕਿਹੜੀ ਰਹਿੰਦੀ ਇੱਥੇ ਕਿਹੜੀ ਜਾਂਦੀ ਆ ਇਹ ਤੁਹਾਡੀ ਤੀਵੀਆਂ ਵਾਲੀ ਮਤ ਕਿਉਂ ਨਹੀਂ ਆਉਂਦੀ ਤੁਹਾਨੂੰ ਅਕਲ ਕਿਉਂ ਨਹੀਂ ਆਉਂਦੀ ਆ ਗੁੱਤ ਪਿੱਛੇ ਕਿਉਂ ਮਤ ਹੈ ਤਾਂ ਹੀ ਤਾਂ ਲੋਕ ਕਹਿੰਦੇ ਨੇਗੇ ਵੀ ਬੁੜੀਆਂ ਦੀ ਮਤ ਗੁੱਤ ਪਿੱਛੇ ਹੁੰਦੀ ਹੈ ਗੁੱਤ ਪਿੱਛੇ ਹੁੰਦੀ ਆ ਮਤ ਮੈਂ ਮੰਨਦੀ ਆ ਪਰ ਜਿਹੜੀ ਨੰਦਾ ਦੇ ਅੰਦਰ ਆ ਗਈ ਕੁੜੀ ਉਹੀ ਨੂੰ ਉਹਨੂੰ ਕਹਾਂਗਾ ਆਪਾਂ ਨੂੰ ਜਿਹੜੀ ਮੰਗੀ ਮਾੜਾ ਮੋਟਾ ਮੰਗ ਤੰਗਾ ਹੋਈ ਸੀ ਫਿਰ ਕਿੱਡੀ ਕੁ ਵੱਡੀ ਗੱਲ ਆ ਇਹ ਤਾਂ ਲੋਕਾਂ ਦੇ ਹੁੰਦੀ ਹੀ ਰਹਿੰਦੀਆਂ ਨੇ 20 ਰਿਸ਼ਤੇ ਸੁੱਟ ਦੇਣਗੇ ਪਰ ਮੈਂ ਜਿਹੜੀ ਕੁੜੀ ਨੰਦਾ ਦੇ ਅੰਦਰ ਆਈ ਆ ਨਾ ਮੇਰੀ ਨੂੰਹ ਬਣ ਕੇ ਚਾਰ ਬੰਦੇ ਚ ਆਪਾਂ ਵਿਆਹ ਕੇ ਲੈਂਦੀ ਆ ਮੈਂ ਉਹਨੂੰ ਨੂੰਹ ਸਮਝਦੀ ਆ ਉਹਨੂੰ ਨਾ ਸਮਝੀ ਸਮਝੀ ਨੂੰਹ ਜਾਵੇ ਜਿੱਧਰ ਜਾਂਦੀ ਆ ਸਮਝਦੀ ਨੂੰ ਤੇ ਹੋਰ ਕਿਹਨੂੰ ਉਸ ਨੂੰ ਸਮਝੇਗੀ ਮੈਂ ਤਾਂ ਉਸ ਨੂੰ ਸਮਝੂਗੀ ਫਿਰ ਮੈਂ ਉਹਨੂੰ ਨਹੀਂ ਸਮਝਦਾ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਖਬਰਦਾਰ ਹੋ ਜਾ ਉਹਨੂੰ ਘਰੋਂ ਕੱਢ ਦੋ ਕਿਉਂ ਘਰੋਂ ਕੱਢ ਦੋ ਉਸ ਨੂੰ ਉਹ ਇੱਥੇ ਉਤਰੋਂ ਕਿ ਵਿਆਹ ਕੇ ਆਈ ਹੋਈ ਹੈ ਸਮਝ ਵਿਆਹ ਕੇ ਆਈ ਆ ਚੰਗਾ ਚਾਦੀ ਕੁੱਟ ਝੁਲਸਲਾ ਝੁਲਸਲਾ ਵੱਡਾ ਗਲਾਬੋ ਦਾ ਹੋ ਜਾ ਮੇਰੀ ਗੱਲ ਸੁਣ ਲੈ ਜੇ ਅੱਗੇ ਤੋਂ ਗਲਾਬੋ ਨੂੰ ਕੁਝ ਕਹਿਤਾ ਤਾਂ ਸਮਝ ਲੈ ਤੇ ਆ ਤੇਰੀ ਗੁੱਤ ਮੇਰੇ ਹੱਥ ਜਾਊ ਤੇ ਤੂੰ ਇੱਥੇ ਬੇੜੇ ਤੋਂ ਮਾਰ ਮਾਰ ਕੇ ਤੈਨੂੰ ਮੈਂ ਬਾਹਰ ਕੱਢੂ ਚੱਲ ਦੇਖੀ ਜਾਂਦੀ ਆ ਇਹ ਵੀ ਮੈਂ ਜਾਣਾ ਮੇਰਾ ਕੰਮ ਜਾਣੇ ਦੇਖੀ ਜਾਂਦੇ ਕੀ ਬਣਦੀ ਆ ਇਹ ਫਫੜੇ ਕੁੱਟਣੀ ਫਫੜੇ ਕੁੱਟਣੀ ਨਾਲੇ ਹੋਰ ਹੈ ਸਿੱਤੇ ਚੜਾ ਰੱਖੀ ਆ ਚੜਾ ਰੱਖਿਆ ਸਿਰ ਤੇ ਉਹ ਤਾਂ ਰਹੂਗੀ ਇੱਥੇ ਉਹ ਨਹੀਂ ਜਾਂਦੀ ਭਜਾਉਣ ਨੂੰ ਫਿਰਦੀ ਆ ਵੱਡੀ ਆ ਗਈ ਇਹ ਪ੍ਰੀਤ ਮੈਨੂੰ ਪਤਾ ਤੂੰ ਮੇਰੇ ਨਾਲ ਗੁੱਸੇ ਆ ਪਰ ਤੈਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਵੀ ਮੇਰੀ ਤਾਂ ਕੋਈ ਗਲਤੀ ਵੀ ਨਹੀਂ ਨਾਲੇ ਤੂੰ ਤਾਂ ਮੇਰੀ ਭੈਣ ਆ ਮੈਂ ਕਦੇ ਵੀ ਨਹੀਂ ਚਾਹੁੰਦੀ ਵੀ ਤੇਰਾ ਘਰ ਖਰਾਬ ਕਰਾਂ ਅੱਛਾ ਤੂੰ ਨਹੀਂ ਚਾਹੁੰਦੀ ਸ਼ਰਮ ਤਾਂ ਨਹੀਂ ਆਉਂਦੀ ਮੇਰੀਆਂ ਜੜਾਂ 'ਚ ਬਹਿ ਕੇ ਮੈਨੂੰ ਇਹ ਕਹੀਏ ਨਹੀਂ ਮੈਂ ਚਾਹੁੰਦੀ ਨਹੀਂ ਤੇਰਾ ਘਰ ਖਰਾਬ ਕਰਾਂ ਨਹੀਂ ਇਹ ਤੋਂ ਜ਼ਿਆਦਾ ਹੋਰ ਕੀ ਘਰ ਖਰਾਬ ਕਰੇਗੀ ਮੇਰਾ ਜੇ ਮੇਰੀ ਥਾਂ ਤੇ ਤੂੰ ਹੁੰਦੀ ਤੇ ਵਰਿੰਦਰ ਤੈਨੂੰ ਪਸੰਦ ਕਰਦਾ ਹੁੰਦਾ ਤੂੰ ਘਰ ਛੱਡ ਕੇ ਵਗ ਜਾਂਦੀ ਨਾਲੇ ਮੈਂ ਤਾਂ ਹੁਣ ਵੀ ਜਾਣ ਨੂੰ ਤਿਆਰ ਆ ਪਰ ਜੇ ਵਰਿੰਦਰ ਮੰਨੇ ਫੇਰ ਹੀ ਐ ਵਗ ਜਾਂਦੀ ਮੈਂ ਜੇ ਮੇਰਾ ਵਿਆਹ ਨਾ ਹੋਇਆ ਹੁੰਦਾ ਮੇਰਾ ਉਹਦੇ ਨਾਲ ਵਿਆਹ ਹੋਇਆ ਹੋਇਆ ਤੇਰਾ ਉਹਦੇ ਨਾਲ ਕੀ ਸੰਬੰਧ ਆ ਪਰ ਵਰਿੰਦਰ ਇਸ ਗੱਲ ਨੂੰ ਅਸੈਪਟ ਨਹੀਂ ਕਰਦਾ ਵੀ ਉਹਦਾ ਤੇਰੇ ਨਾਲ ਵਿਆਹ ਹੋਇਆ ਹੋਇਆ ਅੱਛਾ ਪਹਿਲਾਂ ਤਾਂ ਤੂੰ ਬੜੀ ਭੋਲੀ ਬਣਦੀ ਸੀ ਅਖੇ ਮੈਨੂੰ ਨਹੀਂ ਵਰਿੰਦਰ ਚਾਹੀਦਾ ਹੈਗਾ ਮੈਂ ਨਹੀਂ ਵਰਿੰਦਰ ਨਾਲ ਵਿਆਹ ਕਰਾਉਣਾ ਕਿ ਹੁਣ ਤੈਨੂੰ ਇੰਨੀਆਂ ਕੀ ਗਾਲੀਆਂ ਪੈ ਗਈਆਂ ਉਦੋਂ ਮੈਂ ਤਾਂ ਕਰਕੇ ਮਨਾ ਕਰਦੀ ਸੀ ਕਿਉਂਕਿ ਬੀਬੀ ਨੂੰ ਮਨਜ਼ੂਰ ਨਹੀਂ ਸੀਗਾ ਵੀ ਮੈਂ ਵਰਿੰਦਰ ਨਾਲ ਵਿਆਹ ਕਰਵਾਵਾਂ ਉਹ ਹਮੇਸ਼ਾ ਤੋਂ ਚਾਹੁੰਦੀ ਸੀ ਵੀ ਤੇਰੇ ਹੀ ਵਿਆਹ ਹੋਵੇ ਕਿਉਂਕਿ ਬੀਬੀ ਚਾਹੁੰਦੀ ਨਹੀਂ ਵੀ ਮੇਰੀ ਜ਼ਿੰਦਗੀ 'ਚ ਸੁੱਖ ਲਿਖਿਆ ਹੋਵੇ ਉਹ ਤਾਂ ਇਹੀ ਚਾਹੁੰਦੀ ਆ ਵੀ ਜਿਹੋ ਜਿਹੇ ਘਰ ਦੇ ਵਿੱਚ ਮੈਂ ਜਨਮ ਲਿਆ ਮੈਨੂੰ ਸਾਰੇ ਪਰਿਵਾਰ ਦੇ ਵਿੱਚ ਵੀ ਉਹੋ ਜਿਹਾ ਹੀ ਘਰ ਮਿਲੇ ਤੂੰ ਜਿਹੋ ਜਿਹੀ ਹੈਗੀ ਹੈ ਨਾ ਉਹੋ ਜਿਹਾ ਹੀ ਕੁਛ ਚਾਹੁੰਦੀ ਆ ਪਹਿਲਾਂ ਤਾਂ ਤੂੰ ਆਪਣੇ ਮਾਂ-ਬਾਪ ਦੀਆਂ ਜੜਾਂ 'ਚ ਬਹਿ ਗਈ ਫਿਰ ਮੇਰੇ ਮਾਂ-ਬਾਪ ਦੀਆਂ ਜੜਾਂ 'ਚ ਬਹਿ ਗਈ ਤੇ ਹੁਣ ਮੇਰੀਆਂ ਜੜਾਂ 'ਚ ਬੈਠੀ ਆ ਤੈਨੂੰ ਆਪ ਨੂੰ ਤਾਂ ਸ਼ਰਮ ਆਉਂਦੀ ਨਹੀਂ ਚੱਲ ਕੋਈ ਨਾ ਜਿਸ ਦਿਨ ਵਰਿੰਦਰ ਨੇ ਆਪਣੇ ਮੂੰਹੋਂ ਕਹਿਤਾ ਕਿ ਤੂੰ ਘਰੋਂ ਵਗ ਜਾ ਮੈਂ ਉਸ ਦਿਨ ਵਗ ਜੂੰਗੀ ਪਰ ਉਨਾ ਟਾਈਮ ਨਹੀਂ ਜਾ ਸਕਦੀ ਜ਼ਿਆਦਾ ਕਿਵੇਂ ਨਹੀਂ ਸਕਦੀ ਤੂੰ ਕੱਢਣਾ ਤਾਂ ਮੈਨੂੰ ਆਉਂਦਾ ਤੇ ਨਾਲੇ ਮੇਰੀ ਗੱਲ ਸੁਣ ਲਾ ਆਹ ਕੱਪੜੇ ਨਾ ਆਪਣੇ ਪਾਇਆ ਕਰ ਆਹ ਮੇਰਾ ਸੂਟ ਆ ਜਿਹੜਾ ਪਾਈ ਫਿਰਦੀ ਆ ਕੋਈ ਨਾ ਜਦੋਂ ਮੈਂ ਆਪਣੇ ਕੱਪੜੇ ਸਵਾ ਲਏ ਫਿਰ ਨਾ ਪਾਉਂਗੀ
क्लब वा दे, मैं तेरे लिए सूट लेके आया। तू दास जगह तो बैठी है, तेन खुशी नहीं हुई है? वधिया गल अवरिंदर, तुसी मेरे वास्ते सूट ले आए। वैसे भी मेरे को अपना तो कोई सूट है नहीं। प्रीत मैनू हुणे हुणे सुना के गई है भी मेरा सूट ला दे। लाहूंगी तो ताम है जे मेरे कोई कोई अपना सूट होगा। क्या तेरे सूट? मैनू कदे किसी ने कोई सूट सवा के नहीं दिता। मैं तो प्रीत दे लाहे हुए सूट पाउंदी सी हुण तक। नाले वरिंदर, हाड़े मैनू इस घर चो बग जाण दे, किन्ना क टाइम बैठी रहूंगी मैं। ओ ऐ किवें बग जाण दे, प्रीत तां बोलदी रहूगी, तैनू उहदी की टेंशन है? कली प्रीत नहीं बोलती वरिंदर, हाले तो सारी दुनिया बोलूगी जिन्हों जिन्हों पता लगू। कदे देखिए कोई कुड़ी कवारी किसी के सहुरे परिवार च एवं फाना अड़ा के बैठ जे। मेरी गल सुन, लोगों ने तेन मैं किन्ने बार कहा भी ना परवाह क्या करा कर उन्होंने। वरिंदर मैं बिना ब्याह तो नहीं बैठ सकती। चल ऐ कर, मेरी गल सुन, आजा ब्याह कराने आप। ब्याह की लेके आया मैं लफाफे च? ओ मां, तो सूट लेके आया सी मैं गलब वास्ते। गलब वास्ते सूट? बे ओदी बिगाड़ कर ला ਜਿਹਨੂੰ ਪਿਆ ਕੇ ਲੈ ਕੇ ਆਇਆ। ਕਿੰਨੇ ਸੂਟ ਨੇ ਉਹਦੇ ਕੋਲ, ਗੁਲਾਬੋ ਕੋਲ ਕਿੰਨੇ ਸੂਟ ਨੇ? ਤੈਨੂੰ ਕੀ ਟਿੱਕਾ ਗੁਲਾਬੋ ਦਾ, ਇਹਦਾ ਆਪਾਂ ਠੇਕਾ ਲੈਤਾ ਹੈਗਾ। ਕੁਮਾਰੀ ਕੁੜੀ ਆ, ਇਹਦੇ ਮਾਂ ਬਾਪ ਸਮਾਉਣ ਨਾ ਸਮਾਉਣ। ਹਾਂ ਮੈਂ ਠੇਕਾ ਲਿਆ ਇਹਦਾ, ਬਸ ਐਂ ਲਾੜਾ ਤੂੰ। ਬੇ ਮੇਰੀ ਗੱਲ ਸੁਣ ਲਾ, ਸੂਟ ਇਹ ਪ੍ਰੀਤ ਵਾਸਤੇ ਹੈ, ਇਹਦੇ ਵਾਸਤੇ ਸੂਟ ਨਹੀਂ। ਓ ਮਾਂ ਕਿੱਡੀ ਗੱਲ ਹੋ ਜੂ, ਜੇ ਗੁਲਾਬੋ ਇੱਕ ਸੂਟ ਪਾ ਲੂਗੀ ਨਾ, ਪਹਿਲਾਂ ਵੀ ਤਾਂ ਪ੍ਰੀਤ ਦੇ ਸੂਟ ਪਾਉਂਦੀ ਹੈ ਇਹ, ਜਿਹਨੂੰ ਇੱਕ ਸੂਟ ਲਿਆਤਾ ਕਿੱਡੀ ਗੱਲ ਹੋ ਗਈ। ਨਾਲੇ ਤੂੰ ਤਾਂ ਐਂ ਕਰਦੀ ਹੈ ਜਿਵੇਂ ਇਹਨੂੰ ਮੈਂ ਰਾਣੀ ਹਾਰ ਲਿਆ ਕੇ ਦਿੱਤਾ ਹੋਵੇ। ਬੇ ਮੇਰੀ ਗੱਲ ਸੁਣ ਲਾ, ਤੇਰੇ ਸਾਰੇ ਦੀ ਗੱਲ ਨਹੀਂ, ਜੇ ਤੇਰੇ ਹੱਥ ਪਾਸਾ ਹੋਵੇ ਨਾ ਕਬੀਲਦਾਰ ਤੇਰੇ ਹੱਥ 'ਚ ਹੋਵੇ, ਤੂੰ ਇਹਨੂੰ ਰਾਣੀ ਹਾਰ ਕੇ ਉਹਨਾਂ ਕਰਾ ਕੇ ਲਿਆ ਦੇ। ਨਾ ਦੇਖ ਲੈ ਬੇਸ਼ਰਮਾ, ਤੈਨੂੰ ਦੋ ਦਿਨ ਹੋ ਗਏ, ਤੂੰ ਪਟਵਾਰਖਾਨੇ ਵੀ ਨਹੀਂ ਗਿਆ, ਗੁਲਾਬੋ ਦੇ ਸਰਾਣੇ ਬੈਠਾ ਰਹਿਣਾ। ਮਾਂ ਮੇਰੀ ਗੱਲ ਸੁਣ ਲੈ, ਮੈਂ ਪਟਵਾਰਖਾਨੇ ਉੱਦੇ ਜਾਊਂਗਾ ਜਿੱਦੇ ਪ੍ਰੀਤ ਇੱਥੋਂ ਦਫਾ ਹੋਊਗੀ। ਬੇ ਮੇਰੀ ਗੱਲ ਸੁਣ ਲਾ, ਤੂੰ ਇਹਦੇ ਝੱਕ ਦੇ ਵਿੱਚ, ਗੁਲਾਬੋ ਦੇ ਝੱਕ ਦੇ ਵਿੱਚ ਤਾਂ ਆਪਦੀ ਡਿਊਟੀ ਤੋਂ ਵੀ ਜਾਵੇਂਗਾ, ਨਾਲੇ ਉਹਨੂੰ ਵਿਆਹ ਕੇ ਲਿਆਂਦਾ ਗਾ। ਮੈਂ ਤੇਰੇ ਕੰਨੀ ਦੋ ਦਿਨ ਦੇਖਦੀ ਹਾਂ, ਮੈਂ ਕਰੂੰ ਚਾਰ ਬੰਦਿਆਂ ਦਾ ਉਰੇ ਇਕੱਠ, ਸਿੱਧੀ ਗੱਲ ਆ। ਪਰ ਉਹ ਹੱਕ 'ਚ ਬੋਲਣਗੇ ਜਿਹਦੇ ਨਾਂ 'ਤੇ ਲੈ ਕੇ ਆਇਆ, ਇਹਦੀ ਕਿਸੇ ਨੇ ਨਹੀਂ ਕਰਨੀ। ਉਹ ਕੋਈ ਗੱਲ ਨਹੀਂ ਮਾਂ, ਹੱਥ ਬੰਨੇ ਵਗ ਜਾ ਇੱਥੋਂ, ਨਾਲੇ ਵਗ ਜਾ ਨਾਲੇ ਹੋਰ। ਹਾਂ ਕਰ ਲਈ ਜਿਹੜੇ ਬੰਦੇ ਇਕੱਠੇ ਕਰਨੇ ਆ। ਕਰੂੰਗੀ ਕਰੂੰਗੀ, ਨਚਿੱਤਾ ਰਹਿ, ਬਸ ਸਿਰਫ ਤੈਨੂੰ ਦੋ ਦਿਨ ਦੇਤੇ, ਸਮਝ ਲੈ। ਜੇ ਤਾਂ ਗੱਲ ਕੋਈ ਸੋਚਣੀ ਆ ਪ੍ਰੀਤ ਬਾਰੇ ਸੋਚ ਲਾ, ਠੀਕ ਹੈ? ਇਹਨੂੰ ਕਰ ਕਰੋ ਦਫਾ, ਮੈਂ ਇਹਨੂੰ ਰਹਿ ਨਹੀਂ ਦਿੰਦੀ। ਦੇਖ ਲਾ ਬੋ, ਤੈਨੂੰ ਵੀ ਪਤਾ ਨਾ ਤਾਂ ਵਿਆਹ ਮੈਂ ਉਹਦੇ ਨਾਲ ਅੱਜ ਕਰਾਇਆ ਵਾਂ ਅਤੇ ਨਾ ਕਰਾਵਾਂ ਕੱਲ੍ਹ। ਹਾਂ ਦੁਨੀਆ ਦੀ ਨਜ਼ਰਾਂ 'ਚ ਜਿਹੜਾ ਵਿਆਹ ਹੋਇਆ ਠੀਕ ਹੈ, ਪਰ ਵਰਿੰਦਰ ਮੈਂ ਤਾਂ ਵਿੱਚ ਵਿਚਾਲੇ ਫਸ ਗਈ, ਮੈਂ ਤੁਹਾਡੇ ਦੋਹਾਂ ਦੀ ਜ਼ਿੰਦਗੀ 'ਚ ਨਹੀਂ ਆ ਸਕਦੀ, ਮੈਂ ਤਾਂ ਤੁਹਾਡੇ ਰਾਹ ਦਾ ਰੋੜਾ ਬਣ ਕੇ ਬੈਠ ਗਈ। ਹਾਂ ਫਿਰ ਮੈਂ ਕਹੀ ਤਾਂ ਜਾਂਦਾ ਵੀ ਤਲਾਕ ਦੇ ਦੇਣਾ, ਤਲਾਕ ਦੇ ਦੇਣਾ। ਤਲਾਕ ਤੂੰ ਕਿਵੇਂ ਦੇਵੇਂਗਾ? ਜੇ ਪ੍ਰੀਤ ਸਾਈਨ ਕਰੂਗੀ ਫਿਰ ਤਲਾਕ ਮੰਨਿਆ ਜਾਊ। ਉਹ ਵੀ ਸਿਆਪਾ ਹੀ ਬਣ ਕੇ ਬਹਿ ਗਈ ਇੱਕ। ਮਾਂ ਤੂੰ ਇਹਨੂੰ ਆ ਕੇ ਲੈ ਕੇ ਜਾਣਾ ਕਿਹੜਾ, ਇਹਨੇ ਮੇਰਾ ਜੀਣਾ ਹਰਾਮ ਕਰਿਆ ਪਿਆ, ਇਹ ਨਹੀਂ ਨਿਕਲਦੀ ਹੈਗੀ ਉਰੋਂ, ਡੇਰੇ ਲਾਈ ਬੈਠੀ ਹੈ ਤਾਂ ਮੈਡਮ। ਮੈਨੂੰ ਨਹੀਂ ਪਤਾ, ਕਿਵੇਂ ਮਰਜ਼ੀ ਕਰ, ਇਹਨੂੰ ਆ ਕੇ ਲੈ ਕੇ ਜਾ। ਆਹੋ ਤੂੰ ਇੱਥੇ ਆ ਜਾ ਇੱਕ ਵਾਰ, ਇਹਨੂੰ ਆ ਕੇ ਕਹਿ ਦੇ ਕਿ ਤੇਰੇ ਬਾਪੂ ਨੇ ਬੁਲਾਇਆ, ਬਾਪੂ ਨੂੰ ਨਾ ਦੱਸ ਕੇ ਆਈ, ਨਾਲੇ ਐਵੇਂ ਬੋਲੂਗਾ ਫਿਰ ਉਹ। ਆਹੋ ਜੇ ਬਾਹਲਾ ਬੋਲੀ ਫਿਰ ਆਪਾਂ ਕੋਈ ਨਾ ਇਕੱਠ ਕਰ ਲਈਏ ਇੱਥੇ ਚਾਰ ਬੰਦਿਆਂ ਦਾ, ਮੇਰੇ ਹੱਕ 'ਚ ਬੋਲਣਗੇ ਤਾਂ, ਮੈਂ ਵਿਆਹ ਕਰਵਾਇਆ ਹੋਇਆ ਉਹਦੇ ਨਾਲ, ਇਹਨੂੰ ਨਹੀਂ ਸ਼ਰਮ ਸ਼ੁਰਮ ਹੈਗੀ ਥੋੜ੍ਹੀ ਬਹੁਤੀ। ਚੰਗਾ ਤੂੰ ਆ ਜਾਈ ਛੇਤੀ, ਠੀਕ ਹੈ? ਆਹੋ ਹੁਣ ਦੇਖਦੀ ਹਾਂ ਕਿਵੇਂ ਨਹੀਂ ਜਾਂਦੀ ਇਹ, ਚੰਬਲੀ ਫਿਰਦੀ ਹੈ ਬਾਹਲੀ। ਹੈਂ ਭੈਣ ਜੀ ਕਿਵੇਂ ਆ ਗਏ? ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਠੀਕ ਹੈ? ਹਾਂ ਠੀਕ ਹੈ। ਖਾ ਲਓ ਖਾ ਲਓ ਖਾ ਲਓ ਨਾ, ਕੋਈ ਨਹੀਂ ਮੈਂ ਪਾਣੀ ਲੈ ਕੇ ਆਉਂਦੀ ਹਾਂ। ਨਾ ਨਾ ਪਾਣੀ ਤਾਂ ਮੈਂ ਪੀਂਦੀ ਨਹੀਂ ਗੀ, ਮੇਰੇ ਤਾਂ ਅਗਲੇ ਸੁੱਕਿਆ ਪਿਆ, ਤੁਸੀਂ ਰੋਟੀ ਖਾਓ। ਹੋਰ ਦੱਸ ਭੈਣ ਜੀ, ਕੀ ਦੱਸਾਂ, ਮੈਂ ਤਾਂ ਗੁਲਾਬੋ ਨੂੰ ਲੈਣ ਆਈ ਹਾਂ। ਗੁਲਾਬੋ ਲੈਣ ਆਈ ਹਾਂ? ਹਾਂ ਲੈਣ ਆਈ ਹਾਂ ਮੈਂ। ਚੱਲ ਸ਼ੁਕਰ ਹੈ ਭੈਣ ਜੀ, ਆ ਤਾਂ ਬਾਲੇ ਸੋਹਣਾ ਕੰਮ ਕੀਤਾ। ਮੈਂ ਤਾਂ ਆਪ ਹੀ ਕਹਿ ਰਹੀ ਸੀ ਵੀ ਉਹ ਮਾੜਾ ਮੋਟਾ ਗੌਰ ਹੀ ਨਹੀਂ ਕਰਦੇ ਵੀ ਗੁਲਾਬੋ ਨੂੰ ਹੁਣ ਲੈ ਜਾਣ, ਕੱਲ੍ਹ ਦੀ ਆਈ ਉਰੇ ਬੈਠੀ ਆ। ਮੇਰੀ ਗੱਲ ਸੁਣ ਲਓ, ਮੈਂ ਤਾਂ ਇਹਦੇ ਪਿਓ ਤੋਂ ਚੋਰ ਮੁਆਈ ਹੈਗੀ। ਸਤਿ ਸ਼੍ਰੀ ਅਕਾਲ ਮਾਂ। ਸਤਿ ਸ਼੍ਰੀ ਅਕਾਲ ਪੁੱਤ, ਠੀਕ ਹੈ? ਸ਼ੁਕਰ ਆ ਗਈ ਤੂੰ ਤੇ। ਹਾਂ ਇਹਦਾ ਪਿਓ? ਹਾਂ ਠੀਕ ਆ ਮਾਂ, ਮੈਂ ਤਾਂ ਕੋਈ ਤੇ ਮਨ ਨਾ ਦਾਸ ਕਰ। ਨਾ ਪੁੱਤ ਮੈਂ ਪਾਣੀ ਨਹੀਂ ਪੀਂਦੀ। ਭੈਣ ਜੀ ਤੁਸੀਂ ਮਨ ਨਾ ਖਰਾਬ ਕਰੋ, ਹੁਣ ਤੂੰ ਮੈਨੂੰ ਦੱਸ ਵੀ ਗੁਲਾਬੋਂ ਲੈ ਕੇ ਜਾਂਦੀ ਆ ਨਾ ਤੂੰ?
मैं गुलाब नूं लै के जानी आ मैं तां इहदे प्यो तों चोर मैं ही बुलाया मानू अच्छा हां मैनूं पता आपणे आपणे कहे तों तां जानी नहीं मैं कहे तूं लै जा नाले बाली सोहणी गल हो जी भैन जी तुसीं गुलाब नूं आपणे घरे लै जाओ सर तां नहीं बहुत ही कुछ हो जांदा इत्थे चंगे टाइम ते तुसीं आ गए मैं तां उह तों चोर मुआईआं गी अच्छा हां उह कित्थे आउण दिंदा सी चोर दाड़िया आ साडा कहड़ा मंदा है मैं तां नहीं कल दी गुलाब नूं वापसी मोड़ दंदी दोने बुड़िया नूं अग लाउण वाली है ताही तां कहने की कहिए भैणे जे ज्यादे बोलदे आ फिर कहिंदा तीवियां मूहरे बोलदियां ने इह आपदी चलाउंदियां ने अपनी कोई चलण नहीं दिंदा मेरा तो ना इन्ना ढिड मचदा मेरी धी बनियो है मैं करा ता करा की मेरी बाह नहीं चल रही कुछ भेने धीआ नु सारा पता हुंदा है वी धीआ दी अग की हुंदी आ चल मैं हुण गुलाब नु लेके जाना तुसी खा लो रोटी ते बस भेने तैयार बस बाई सोहणी गल है तू उहनू लै जा बस ठीक है और चाह मैं तो कुछ नहीं पीना चुप करके मैं छेती मुड़ना करा ठीक है भेने ठीक है ना पुत तेरा बसेबा हो जूगा ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਗੁਲਾਬ ਨੂੰ ਲੈਣ ਆਈ ਸੀ ਜੀ ਮੈਨੂੰ ਨਹੀਂ ਪਤਾ ਮੁੰਡਾ ਨੂੰ ਪੁੱਛੋ ਮੈਂ ਕਿਹਾ ਮੁੰਡੇ ਨੂੰ ਕਿਉਂ ਪੁੱਛਾਂ ਸਾਰਾ ਪਤਾ ਤੈਨੂੰ ਤੂੰ ਇਹ ਦੋ ਪਾਸੇ ਜੇ ਗੱਲ ਕਿਵੇਂ ਕਰਦਾ ਹੈ ਹਾਂਜੀ ਦੱਸੋ ਬੀਬੀ ਪੁੱਤ ਮੈਂ ਕੁੜੀ ਨੂੰ ਲੈਣ ਆਈ ਸੀ ਲੈ ਜਾਓ ਫਿਰ ਆਪਦੀ ਕੁੜੀ ਨੂੰ ਇਹ ਕੁੜੀ ਨੂੰ ਨਹੀਂ ਗੁਲਾਬ ਨੂੰ ਗੁਲਾਬ ਤਾਂ ਨਹੀਂ ਜਾਂਦੀ ਹੈਗੀ ਇਹਦੇ ਬਾਪੂ ਨੇ ਘੱਲਿਆ ਮੈਨੂੰ ਕਹਿੰਦਾ ਕੁੜੀ ਨੂੰ ਲਿਆ ਕਿਸੇ ਨੇ ਘੱਲਿਆ ਹੋਵੇ ਗੁਲਾਬ ਨਹੀਂ ਜਾਂਦੀ ਜਾਂਦੀ ਕਿਉਂ ਨਹੀਂ ਕੋਈ ਗੱਲ ਨਹੀਂ ਫਿਰ ਆਪ ਚੱਲ ਪੁੱਤ ਚੱਲ ਗਏ ਬੇਬੇ ਜੀ ਜੇ ਵਰਿੰਦਰ ਕਹੂਗਾ ਤਾਂ ਮੈਂ ਭੱਗ ਜੂੰਗੀ ਕਿਉਂ ਵਰਿੰਦਰ ਕੇ ਕਹੂਗਾ ਵਰਿੰਦਰ ਨੂੰ ਇਹ ਵਿਆਹੀ ਹੈ ਤੂੰ ਤਾਂ ਨਹੀਂ ਵਿਆਹੀ ਕਲੱਬ ਨੂੰ ਮੈਂ ਲੈ ਕੇ ਆਇਆ ਸੀ ਘਰੇ ਤੇ ਕਲੱਬ ਮੇਰੇ ਕੋਲ ਆਈ ਸੀ ਤੇ ਇਹਦਾ ਫਰਜ਼ ਹੁਣ ਮੇਰੇ ਇਹਨੂੰ ਰੱਖ ਅਸੀਂ ਵਿਆਹ ਕੇ ਪ੍ਰੀਤ ਤੋਰੀ ਸੀ ਆਨੰਦ ਦੇ ਕੇ ਮੈਨੂੰ ਪਤਾ ਤੱਕੇ ਨਾਲ ਵਿਆਹ ਹੋਇਆ ਤੱਕੇ ਨਾਲ ਹਾਂ ਮੈਂ ਗਵਾਹੀ ਦਊਂਗਾ ਨਾ ਜਿੱਦਿਆਂ ਆਪਾਂ ਕਹਿੰਦੇ ਸਾਡੀ ਕੀ ਲੋਕਾਂ ਦੇ ਵਿੱਚ ਇੱਜ਼ਤ ਨਹੀਂ ਰਹਿਣੀ ਸਾਡੀ ਪੱਟੀ ਮੇਸ ਹੋ ਗਈ ਉਹਦੇ ਤੂੰ ਨਾਲ ਨਹੀਂ ਸੀ ਕੋਈ ਨਹੀਂ ਭੈਣ ਜੀ ਤੇਰੀਆਂ ਆਪਾਂ ਮਿੱਚੀਆਂ ਤੇ ਹੋ ਗਏ ਚੁੱਪ ਕਰ ਸੀ ਨਾਲ ਆ ਕਰਤੂਤ ਇਹਦੀ ਸੀ ਉਦੋਂ ਤਾਂ ਬਾਪੂ ਬੜੇ ਹੱਥ ਆੜਦਾ ਸੀ ਤੂੰ ਕਿ ਮੇਰੀ ਇੱਜ਼ਤ ਰੱਖ ਦੋ ਛੋਟੀ ਨੂੰ ਇਹ ਤੋਰ ਹਾਂ ਉਦੋਂ ਨਹੀਂ ਮਿੰਤਾ ਕਰਦਾ ਸੀ ਐ ਕਰ ਕਰ ਕਰਕੇ ਨਾ ਹੁਣ ਪਤਾ ਨਹੀਂਗਾ ਲੈ ਕੇ ਜਾਊਂਗੀ ਮੈਂ ਤਾਂ ਆਪ ਦਿੱਤੀ ਇਹਨੂੰ ਉਹ ਜਦੋਂ ਮੁੰਡੇ ਨੂੰ ਕੁੜੀ ਪਸੰਦ ਆ ਹੁਣ ਮੈਂ ਬੋਲਾਂ ਮੈਂ ਬੋਲ ਸਕਦੀ ਹੁਣ ਕੁਛ ਹਾਂ ਬੋਲੋ ਪੁੱਤ ਹੁਣ ਮੇਰੀ ਗੱਲ ਸੁਣ ਲਓ ਬੇਬੇ ਜੀ ਮੰਗਣੀ ਮੇਰੇ ਨਾਲ ਹੋਈ ਸੀ ਤਿਆਰ ਮੈਨੂੰ ਕੀਤਾ ਗਿਆ ਸੀ ਵੀ ਤੇਰਾ ਵਰਿੰਦਰ ਨਾਲ ਵਿਆਹ ਹੈ ਤੇ ਤੁਸੀਂ ਕੀ ਕੀਤਾ ਹੁਣ ਤਾਂ ਪਤਾ ਹੀ ਹੈ ਤੁਸੀਂ ਕੀ ਕੀਤਾ ਤੁਸੀਂ ਜਾਣ ਬੁੱਝ ਕੇ ਪ੍ਰੀਤ ਦਾ ਵਿਆਹ ਕੀਤਾ ਹੈ ਨਾ ਪ੍ਰੀਤ ਹੀ ਮੰਗੀ ਸੀ ਪਹਿਲਾਂ ਨਾ ਫਿਰ ਇਹ ਚ ਮੇਰੀ ਗਲਤੀ ਤਾਂ ਨਹੀਂ ਬੇਬੇ ਦੀ ਗਲਤੀ ਦੀ ਸਜ਼ਾ ਮੈਨੂੰ ਕਿਉਂ ਦੇ ਰਹੀ ਹੈ ਤੂੰ ਫਿਰ ਮੈਨੂੰ ਕਿਉਂ ਦੇ ਰਹੇ ਹੋ ਮੇਰੀ ਕੀ ਗਲਤੀ ਹੈ ਮੈਨੂੰ ਇਹ ਵੀ ਦੱਸ ਦੋ ਮੈਂ ਕਿੱਧਰ ਜਾਵਾਂ ਗੱਲ ਸੁਣ ਗੁਲਾਬੋ ਚੁੱਪ ਕਰਕੇ ਮੇਰੀ ਪ੍ਰੀਤ ਪਹਿਲਾ ਰਿਸ਼ਤਾ ਹੋਇਆ ਸੀ ਨਾ ਤੇਰਾ ਵਰਿੰਦਰ ਨਾਲ ਤੇ ਪਹਿਲਾਂ ਮੇਰਾ ਰਿਸ਼ਤਾ ਹੋਇਆ ਸੀ ਮੰਗਣੀ ਮੇਰੀ ਹੋਈ ਸੀ ਮੰਗਣੀ ਹੋਈ ਸੀ ਵਿਆਹ ਤਾਂ ਨਹੀਂ ਹੋਇਆ ਵਿਆਹ ਤਾਂ ਨਹੀਂ ਵਿਆਹ ਹੋਣਾ ਸੀ ਤੁਸੀਂ ਰੁਕਵਾਇਆ ਮੇਰਾ ਵਿਆਹ ਅਸੀਂ ਪ੍ਰੀਤ ਦੇ ਰਿਸ਼ਤੇ ਨੂੰ ਪੱਕੇ ਹੋਏ ਸੀ ਅਸੀਂ ਤੇਰੇ ਰਿਸ਼ਤੇ ਨੂੰ ਨਹੀਂ ਹੋਏ ਇਹ ਤਾਂ ਧੱਕੇ ਨਾਲ ਤੇਰੇ ਨਾਲ ਕਿਹਾ ਇਹਨਾਂ ਨੇ ਗੁਲਾਬੋ ਤਾਂ ਚੱਲ ਅਸੀਂ ਹਾਂ ਕਰ ਲਈ ਸੀ ਤੂੰ ਸਿਆਣੀ ਆ ਪੁੱਤ ਆ ਬਣਾ ਲੈ ਹੱਥ ਤੇਰੀ ਮਾਂ ਤੈਨੂੰ ਲੈਣ ਆਈ ਹੈ ਤੂੰ ਇਹਦੇ ਨਾਲ ਚੁੱਪ ਚਾਪ ਕਰਕੇ ਤੁਰ ਜਾ ਐਂ ਠੀਕ ਹੈ ਬੇਬੇ ਜੀ ਨਾ ਤਾਂ ਗੁਲਾਬ ਹੋ ਜਾਵੇ ਠੀਕ ਹੈ ਨਾ ਰਹੀ ਗੱਲ ਬਾਪੂ ਜੀ ਦੀ ਫੋਨ ਆਉਣਾ ਉਹਨਾਂ ਨੂੰ ਮੇਰੀ ਗੱਲ ਸੁਣ ਲੈ ਜਦੋਂ ਮੈਂ ਚਾਰ ਬੰਦੇ ਪੰਚਾਇਤ ਦੇ ਇਕੱਠੇ ਕੀਤੇ ਨਾ ਤੁਹਾਡਾ ਜਲੂਸ ਨਿਕਲ ਜੂਗਾ ਹਾਂਜੀ ਬਾਪੂ ਜੀ ਤੁਸੀਂ ਛੇਤੀ ਛੇਤੀ ਆ ਜਾਓ ਇੱਥੇ ਬੇਬੇ ਹੋਰੀ ਆ ਰਹੇ ਸੀਗੇ ਇੱਥੇ ਤਾਂ ਬਹੁਤ ਕਲੇਸ਼ ਹੋ ਰਿਹਾ ਹੋ ਸਕੇ ਤਾਂ ਮਾੜਾ ਜਲਦੀ ਆ ਜਾਓ ਤੁਸੀਂ ਠੀਕ ਹੈ ਬਾਪੂ ਜੀ ਹੋਈ ਗੱਲ ਮੇਰੀ ਬਾਪੂ ਜੀ ਨਾਲ ਉਹ ਵੀ ਆਉਂਦੀ ਹੈ ਆ ਜਾਣ ਦੇ ਮੈਂ ਕਿਹੜਾ ਡਰਦੀ ਹਾਂ ਉਹ ਤਾਂ ਕੱਲ ਹੀ ਮਾਰ ਗਿਆ ਹੁਣ ਨਹੀਂ ਮੈਂ ਸੁਣਦੀ ਕਿਸੇ ਦੀਆਂ ਖੜੀ ਹੋ ਜਦੋਂ ਡੈਡੀ ਆਉਣਗੇ ਉਹਦੀ ਗੱਲ ਕਰਾਂਗੇ ਚੱਲ ਖੜੀ ਹੋ ਕੋਈ ਨਾ ਗੁਲਾਬੋ ਆਉਂਦੀ ਹੋਣਗੇ ਬਾਪੂ बना के आ गई ਸਾਨੂੰ ਤਾਂ ਇਹ ਹੈ ਹੀ ਨਹੀਂ ਵੀ ਉਹ ਗੁਲਾਬ ਨੂੰ ਲੈ ਕੇ ਆਉਣਾ ਉਹ ਤਾਂ ਬਾਪੂ ਜੀ ਮੈਨੂੰ ਪਤਾ ਚੁੱਪ ਕਰ ਪੁੱਤ ਚਲ ਬਾਪੂ ਜੀ ਮੈਂ ਲੈ ਕੇ ਆਉਣਾ ਕੋਈ ਬੁਲਾ ਉਹਨੂੰ ਕੋਈ ਗੱਲ ਨਹੀਂ ਪੁੱਤ ਤੂੰ ਘਬਰਾ ਨਾ ਜਿਵੇਂ ਤੂੰ ਕਹੇਂਗੀ ਧੀਏ ਉਵੇਂ ਹੀ ਹੋਊਗੀ
ताया जी मैनूं तां कुछ समझ च नहीं आउंदा मैं की करां। जे मैं घरे जानी आ मैं तां वी मरदी आ, जे इत्थे रहिंदी आ तां वी मरदी आ। मैं घरे जाण दी लोड़ ही नहीं पुत्त, तूं सहुरे घर बस। पर बेबे मैनूं लैण वास्ते आई है, नाले बापू जी मेरा कड़ा हाले ब्याह होया। नहीं पुत्त, जे बिनंद कारज नहीं होए तां तेरी मंगणी तां होई आ पुत्त। इस घरे पहलां तेरा देख दिखाइया कीता पुत्त, तूं चिंता ना कर। तेरा मन की कहिंदा, जिवें तेरा मन कहिंदा उवें करांगे पुत्त। हाँ सत श्री अकाल जी। सत श्री अकाल। ना रहा नहीं गया तेथों, आ ही गई गहां है। ना बोलो भैन जी, हुण चुप कातों करदे हो? तुसीं तां कहिंदे मैनूं दस के तोरिया गा। क्यों आना नहीं सी, मेरी धी का घर सी, आ सकदियां ना? आ तां सकदियां, मैनूं पुछ के तां आउंदी, बिना पुछे धी आ गई है। पुछण नूं कड़ा सैन कराउणे सी। ना बेबे जी, तुसीं होर किन्ने के झूठ बोलोगे? बे पुत्त का दे झूठ, पहला गुलाबो नाल तुसीं ऐ कीता, अज भी आपी चक के मूंह आ गए। मैं आपदी धी नूं लैण नहीं आउणा सी। मेरी गल सुनो, गुलाबो तां नहीं जांदी हैगी, देख। मेरी गल सुन वरिंदर, ब्याही तैनूं मेरी धी छोटी आ, है ना, असीं तां गुलाबो नूं लै के जावांगे। वरिंदर एक गल तो है, जे दुनिया के नज़रिए ना देखिए भी आनंद कारज तो सोडे होए है, तू ऐ कर कुछ क दिन वास्ते असी गुलाबों नूं लै जाने, फिर कुछ सोच के देखने की बनता है। चलो बापू जी, जो तुम कहने हो, पर मैं एक शर्त ते भेजूंगा। दस बेटा। भी जा तो बेबे नूं ना कुछ बोले, ना गालां कढ़े, तो हाथ चकना तो बहुत दूर की गल है। जे मैनूं पता लग गया भी गुलाबो ते हाथ चक्या, तो मैथों बुरा कोई नहीं बापू जी। अच्छा, ये मत हुण पुत्त तू देवेंगा मैनूं, है ना? मेरी गल सुन बेबे, मेरी धी आ, मैं क्यों कहूंगी कुछ नूं? गुलाबो तुहाडे कोल रहिंदी सी, मैं देखिया कहे जिहा व्यवहार करदे सी, हुण गुलाबो मेरी आ, ते इहदा फर्ज मेरा फर्ज बणदा वी इहनूं किवें रखां। धी पुत्त नूं झिड़का जांदा, तेरा फर्ज कोई नहीं बणदा, तेरा फर्ज बणदा छोटी ते, जे इहनूं कुछ कहांगे। इह तां जमें बौलियां गल्लां करदा, उहनां दी कुछ लगदी नहीं, घूर भी सकदे ने अपनी धी हैगी। देख पुत्त वरिंदर, इहदों पहलां तां इहनें बाला घूर लिया, थोड़ा घूर लिया, पर हुण नहीं मैं घूरन दिंदा। पापा जी बस थोड़े ते माण आ मैनूं, बस थोड़े मूंह नूं मैं कह देना कि कोई गल नहीं, गुलाबों लै जाओ थोड़े दिन वास्ते, ते मैं आके आपे लै जाऊंगा फिर बाद। थोड़े दिन वास्ते नहीं बापू जी, मैं हमेशा वास्ते जाऊंगी। ना पुत्त, जो प्रीत का विआह होया बापू जी, मैं नहीं रह सकती उरे। जे मैं वरिंदर कहिंदा अस तां उवें करांगे पुत्त, जे उहनूं मान है तां मैनूं भी मान। ना क्यों करांगे, आ कुड़ी मेरी ब्याही हैगी, इहनूं तां तूं जाड़ के खुश है। मैं कहनूं जाड़ के खुश है, तूं जाड़ के खुश है। मेरी फिर मैं तेनूं लैण आई हाँ आपदी धी वसाउण वास्ते, मेरी धी ब्याही है ना इस घर च, मैं तो चल चार दिन आई नहीं बोली, भी चल कोई गल नहीं दो दिन रह, फिर की हो गया। वरिंदर सानू जान दे पुत, चार दिन तक। कोई गल नहीं बापू जी, चल पुत गुलाबो, चल मेरे मैं आपे आ जाऊंगा लैण। गुलाबो नाले जे किसी चीज़ की लोड़ हुई तो मैं दस दी, बापू जी मैं आप ही दस देंगे आके। चल ठीक है धीए, आता तो बाली सोहनी सोच ली, जिहड़ा तां आपदे दिमाग तो कम ले लिया। हाँ पुत गुलाबो, चल मेरे नाल चार दिन। चंगा भैन जी, सत श्री अकाल। सत श्री अकाल। चंगा प्रीत पुत। तुसीं चलो, मैं आउनी हाँ। क्यों हुण तेरा की रह गया? मैं कुड़ी नूं 150 रुपया देवां प्रीत नूं, भुल गई सी। चल पुत, आपां इत्थे परशामे खड़दे हां, कोई ना कोई बैवत करू मैनूं लगदा। वो भाग गए भैन? हाँ वो तो भाग गए, की गल है? मैं तो ना 150 दे बहाने आई हाँ भी प्रीत नूं देके आउनी हाँ। अच्छा, मेरी गल सुन लै, हुण तां इहनूं प्रीत नूं आपदी नूंह नूं ना इसे नूं मनना गा, ठीक है ना? तू मेरी गल सुन लै, सुख ना सोहनी कोठी है, सोहना अपने कोल रुपईआ, तेरी धी नूं तां मैं फुल्लां वांगू रखूंगी, कुड़ी दा तूं फिक्र छड्ड दे। इहनूं तां मैं अहे जे जिंदे लाऊं, अहे जे लाऊं जिंदे, इह निकल की सकदी है, अगे तां मैं इहदे नाल घट गुजारदी सी, हुण देखी इहदे नाल करदी की आ। भैण जी पहलां तां मैनूं वी ऐ सी भी तू ई कही जानी है तो दूषण लाई जानी आ, पर मैनूं हुण तां इहदा चंगी तरह पता लग गया भी इहदे तां बाली बैवता ने च तां। मेरी धी का घर पट्टन लगी है देख लै, है ना? शर्म नहीं आई इहनूं? शर्म नहीं आई, दुश्मन भी नहीं करता ऐ तां। कर इक गल, मगरी भज्जे आई इह वी लोहड़ा देख। उही तां गल करदी आ, माड़ी मोटी तां शर्म मंदी है, आई तां देख लैंदी भी, है ना, इन्होंने पालिया मैनू, एडी किया
देख ला फिर वो तो सारा सा पालिया परोसा सारा सा रेह च पाया ही है। मेरी गल सुन ला, मैं तो यदा जो करती सी देख करती सी, पर मेरी प्रीत तो जमा फर्क नहीं सी रखती ये भोले बन दी है बेचारी। ये तो है नहीं इन्नी चलाक सतान क्यों मैंने हूँ तो पता लग गया। चल कोई नहीं भैन जी, वरिंदर समझा दौ भी पुत गुलाबो तो की लैना गा, तू प्रीत नाल ब्याह तू ए नाल ही रह। मेरी गल सुन लै, हाजे वह गुलाबो की तो बस चाहवा नहीं है जो तू कहे ठीक है। हौली हौली बच्चा मुड़ता हों, जे आप एक लख तो कही भी मूँह मोड़ उधरों, एक लख तो नहीं मूँह मुड़ता हों कि उन्हें दिल में तो गुलाबो ही वसी हुई है। यह तो ठीक है, चल मैं चलती हूँ उन्होंने बहुत नजर लाया 150 का। चंगा चल उठे खड़े ने, कोई ना कोई ना, बस तू कुछ खाना पीना सिर ना मार पुत, जेड़ी चीज की लोड़ है दस दे की खाना तेन लिया देंगे पुत। नहीं ताया जी, वरिंदर ने रोटी खवा के भेजा सी। रोटी खा ली सी? चंगा चंगा पुत, हुण मैं एक काम करना, मैं थाने जाना बेटा, रिपोर्ट लिखा दिया। कादी कादी की पुत, कुकड़ नू काया दिन हो गए, उहदा कोई पता सुता नहीं लग रहा हजे तक। हाँ। ना ना किसे तो फोन आप करता है, हुण फोन उहदा बंद आई जांदा, इस करके पुत मैनूं थाने च जाना। ताया जी मैं भी कहने लगी सी, मैनू भी बाई की बहुत फिक्र हुई जाती है। फिक्र फिक्र तो कला कला मुंडा पुत, मैं की करा, मेरी जान बहुत तड़पती है चंद्रा, बहुत औखा, पता नहीं कितने होगा कितने ना होगा। तू पुत फिक्र ना कर बाला, तो मैं थाने जाना है, तो रिपोर्ट लिखा दें। हाँ। पुत की भी आपदे की भाल करा, कि भी नहीं तेरा मैं हल करा पुत, चिंता ना करी। चंगा छेती मुड़े। हाँ हुण दस नी तैनू की तकलीफ सी, दस बोल। बीबी कुछ नहीं। फिर ना उत्थे जम के बह गई सी, उरे आउण दा नां नहीं लैता, तैनू शर्म ना आई मेरी धी दा घर जाण लगी सी। बीबी मैं तां आउण नू बहुत वार आख्या सी, वरिंदर ने कहा सी जाना नहीं। क्यों वरिंदर नू प्रीत ब्याही सी कितों? इहदा मतलब है जे तैनू मैं कुछ करता सी तां उहदे घर जरूरी जाणा सी, तू इत्थे मर जांदी। मेरी गल सुन, जे इदों बाद उत्थे गई तो छोटी छोटी करके बढ़ दूँ तेनू मैं, जे तू बच गई फिर वरिंदर तो नहीं कित गया, उन्हू बढ़ा दू जिमें तेनू चकाया सी, समझ गई ना? जा हुण काम कर, जाके लगी है दस दस करना, समझ के रखे तू? अं समझ लै भी मैं उत्थों आना ही नहीं। ਸ਼ਿਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ। ਅਤੇ ਜਿਹੜਾ ਤੁਸੀਂ ਗੁਲਾਬੋ ਦਾ ਹੁਣ ਵਾਲਾ ਪਾਰਟ ਵੇਖਿਆ, ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਏਗਾ। ਅਤੇ ਵੀਡੀਓ ਦੇ ਵਿੱਚ ਕੀ ਹੋਣਾ ਚਾਹੀਦਾ ਅੱਗੇ, ਸਟੋਰੀ ਕਿਵੇਂ ਜਾਣੀ ਚਾਹੀਦੀ ਹੈ, ਕਈ ਵਾਰ ਆਪਣੇ ਮਾਇੰਡ ਦੇ ਵਿੱਚ ਹੁੰਦਾ ਕੁਛ ਤਾਂ ਤੁਸੀਂ ਕਮੈਂਟਸ ਕਰਕੇ ਦੱਸ ਸਕਦੇ ਹੋ, ਕਿਹਦੀ ਐਕਟਿੰਗ ਬੇਕਾਰ ਲੱਗੀ, ਕਿਹਦੀ ਵਧੀਆ ਲੱਗੀ, ਕਿਹਦਾ ਰੋਲ ਵਧੀਆ ਲੱਗਿਆ, ਇਹ ਤੁਸੀਂ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ। ਹਰ ਵਾਰ ਦੀ ਤਰ੍ਹਾਂ ਬੈਸਟ ਕਮੈਂਟ ਨੂੰ ਪਿੰਨ ਕੀਤਾ ਜਾਊਗਾ, ਜਿਵੇਂ ਮੈਂ ਹਰ ਵਾਰ ਦੀ ਤਰ੍ਹਾਂ ਕਰਦੀ ਹੁੰਦੀ ਹਾਂ। ਅਤੇ ਜਿਹੜੇ ਚੈਨਲ 'ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਜਿਹੜੇ ਆਪਣੀ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਆ ਫੇਸਬੁੱਕ 'ਤੇ ਵੀ ਫੋਲੋ ਕਰ ਲਓ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।